ਇਹ ਦੇਖੋ ਜੀ, ਇਹਨੂੰ ਜ਼ਰਾ ਥੋੜ੍ਹਾ ਦੁੱਧ ਪੀ ਲਵੇ ਅਤੇ ਨਾਸ਼ਤਾ ਸਾਡੇ, ਅਸੀਂ ਤਾਂ ਦੋ ਤਿੰਨ ਪਰੌਂਠੇ ਸੁੱਟਣੇ ਹੁੰਦੇ ਆ, ਨਾਲ ਕੋਈ ਆਂਡਾ ਫਰਾਈ ਵਗੈਰਾ ਸੁੱਟਣਾ ਹੁੰਦਾ ਹੈ, ਨਾਲ ਕੋਈ ਦਹੀਂ ਦਾ ਪਿਆਲਾ ਸੁੱਟਣਾ ਹੁੰਦਾ, ਫਿਰ ਹੀ ਜਾ ਕੇ ਸਾਡਾ ਮਟੀਰੀਅਲ ਪੂਰਾ ਹੁੰਦਾ ਹੈ। ਬਰਾਉਨੀ ਉਹ ਨਹੀਂ ਮੈਂ ਖਾਣੀ। ਕਿਉਂ? ਮੈਂ ਅੱਗੇ ਵੀ ਖਾਧੀ। ਅੱਜ ਤੁਹਾਨੂੰ ਖਵਾਉਣੀ ਘਰ ਦੀ ਬਣੀ ਬਰਾਉਨੀ? ਘਰ 'ਚ ਬਣਾ ਕੇ ਲੈਂਦੀ, ਫਿਰ ਤਾਂ ਅੱਛੀ ਚੀਜ਼ ਬਣੀ ਹੋਣੀ। ਉਹ ਤਾਂ ਜਿਹੜੀ ਖਵਾਈ ਸੀ ਉਹ ਗਲਾ ਖੁਸ਼ ਕਰ ਗਈ ਸੀ, ਸਾਗ ਘੋੜ ਦੀ ਅਤੇ ਤਾਜ਼ੀ ਬਣੀ, ਤਾਂ ਫਿਰ ਤਾਂ ਮਜ਼ਾ ਹੀ ਬੜਾ ਆਉਣਾ ਖਾਣ ਦਾ। ਘਰ ਵੀ ਬਣੀ, ਆਪ ਬਣਾਈ? ਚਲੋ ਠੀਕ ਹੈ, ਦੇਖ ਲੈਂਦੇ ਹਾਂ ਜੀ ਕੀ ਕੀਤਾ ਜੀ। ਬਰਾਉਨੀ ਨਾਮ ਹੀ ਅਜੀਬ ਅਜੀਬ ਹੀ ਹੁੰਦੇ, ਨਹੀਂ ਸੀ ਬਰਾਉਨੀ ਤਾਂ ਨਹੀਂ ਕਰਦੀ ਅਸੀਂ, ਬਿਰਿਆਨੀ ਕਿ ਬਰਾਉਨੀ? ਨਹੀਂ ਹੈ, ਮੈਂ ਨਹੀਂ ਸੁਣਿਆ, ਲੇਕਿਨ ਹੈਗਾ ਕੀ? ਤੁਸੀਂ ਮਤਲਬ ਸਾਹਮਣੇ ਆਏਗੀ ਅਤੇ ਫਿਰ ਮੈਂ ਦੇਖਾਂਗਾ। ਔਰ ਦੇਖੋ ਹੀ ਮਜ਼ਾਕ ਕਰਦੇ ਨੇ, ਮੈਨੂੰ ਇੰਝ ਲੱਗਦਾ ਇਸ ਤਰ੍ਹਾਂ ਟਾਇਰ ਨਹੀਂ ਗੱਡੀ ਦਾ ਕੱਟ ਕੇ ਲਿਆ ਕੇ ਰਾਤ ਤੱਕ, ਕਹਿੰਦਾ ਬਰਾਉਨੀ ਹੈ। ਇਹ ਬਰਾਉਨੀ ਹੈ ਜੀ, ਇਹ ਸਾਡੇ ਤਾਂ ਇਸ ਤਰ੍ਹਾਂ ਜਿਵੇਂ ਕੇਕ ਹੁੰਦਾ ਹੈ, ਔਰ ਨਾਲ ਫਿਰ ਇਹ ਦੁੱਧ ਹੈਗਾ। ਅੱਛਾ, ਇਹਦੇ ਨਾਲ ਖਾਣਾ ਹੈ? ਇਹ ਮਿਠਾਈ ਦੇ ਸੁਣਨੇ ਆ, ਦੁੱਧ ਦੇ ਸੁਣਨੇ ਆ? ਇਹ ਬਹੁਤ ਜ਼ਿਆਦਾ, ਲੇਕਿਨ ਮੈਂ ਥੋੜ੍ਹਾ ਜਿਹਾ ਚੈੱਕ ਕਰਾਂਗੀ ਪਹਿਲੇ, ਖਾ ਕੇ ਮੈਨੂੰ ਅੱਛਾ ਲੱਗੇਗਾ ਅਤੇ ਫਿਰ ਮੈਂ। ਮਜ਼ੇਦਾਰ ਲੱਗਦੀ, ਦੁੱਧ ਨਾਲ ਪੀਣਾ ਸਰ? ਘਰ ਦੀ ਬਣੀ ਹੈ। ਡਰਾਉਣੀ ਤੇ ਬਰਾਉਨੀ ਦੋਵੇਂ ਚੀਜ਼ਾਂ ਇਕੱਠੀਆਂ ਲੱਗਦੀਆਂ, ਡਰਾਉਣੀ ਵੀ ਲੱਗਣ ਡਈ ਹੈ ਅਤੇ ਬਰਾਉਨੀ ਵੀ ਲੱਗਣ ਡਈ ਹੈ। ਹੁਣ ਮੈਂ ਇਹਨੂੰ ਖਾ ਕੇ ਟੇਸਟ ਕਰਕੇ ਚੈੱਕ ਕਰਕੇ ਫਿਰ ਦੱਸਾਂਗਾ ਕਿ ਕੀ ਚੀਜ਼ ਹੈ। ਅਤੇ ਮੇਰੇ ਇਲਾਕੇ ਜਿਸ ਤਰ੍ਹਾਂ ਪਤੀਸਾ ਵਗੈਰਾ ਤਿਆਰ ਕਰਦੇ ਨੇ, ਜਿਵੇਂ ਪਤੀਸਾ ਹੁੰਦਾ ਹੈ, ਇਹ ਤਾਂ ਬਲੈਕ ਹੈਗਾ, ਇਹਦਾ ਨਾਮ ਹੀ ਤੁਸੀਂ ਅਜੀਬ ਜਿਹਾ ਮੈਨੂੰ ਸੁਣਾ ਦਿੱਤਾ ਹੈ। ਇਹਨੂੰ ਜਨਾਬ ਖਾ ਕੇ ਵੇਖਦੇ ਹਾਂ, ਵੇਖਦੇ ਹਾਂ ਤਾਂ ਕਿਸਾ ਜ਼ਾਇਕਾ ਹੈਗਾ। ਚੋਕਲੇਟ ਅੱਛੀ, ਬਹੁਤ ਟੇਸਟੀ। ਉੱਤੇ ਕੀ ਲੱਗਾ ਹੋਇਆ ਇਹ ਤੁਪਕੇ ਤੁਪਕੇ ਟਿਮਕੜੇ? ਹਰਸ਼ੇਸ ਚੋਕਲੇਟ ਹੁੰਦੀ ਬਾਹਰ ਦੇ ਮੁਲਕ ਦੀ, ਉਹ ਲਾਈ ਜਾਂਦੀ। ਅੱਛਾ, ਲੱਗਦਾ ਜੀ ਬਾਰਿਸ਼ ਪਈ ਇਸ ਸ਼ਹਿਰ ਉੱਤੇ, ਚਿੱਕੜ 'ਤੇ ਬਾਰਿਸ਼ ਪਈ ਹੋਵੇ ਨਾ ਤਾਂ ਇਹੋ ਜਿਹੇ ਡਿਜ਼ਾਇਨ ਬਣ ਜਾਂਦਾ। ਅਤੇ ਚਮਚ ਨਾਲ ਖਾਣੀ, ਹੱਥ ਨਾਲ ਨਹੀਂ? ਇਹ ਬੜਾ ਮੁਸ਼ਕਿਲ ਕੰਮ ਹੈ, ਹੱਥ ਨਾਲ ਖਾਣੀ ਚਾਹੀਦੀ। ਬਿਸਮਿਲ੍ਲਾ, ਠੰਡੇ ਦੁੱਧ ਦੇ ਨਾਲ? ਓਏ ਹੋਏ ਹੋਏ, ਉਹਨਾਂ ਨੂੰ ਤਾਂ ਫਿਰ ਖੰਘ ਲੱਗ ਜਾਂਦੀ ਹੋਏਗੀ। ਇਹ ਤਾਂ ਮੈਨੂੰ ਲੱਗਦਾ ਚੌਕਲੇਟ ਵਾਲੀ ਹੈਗੀ ਹੈ, ਉਹੀ ਹੈ ਜੀ। ਇਹ ਤਾਂ ਖੰਘ ਦਾ ਇਲਾਜ ਹੈ ਨਾ, ਪਹਿਲੀ ਬਰਾਉਨੀ 'ਚ ਵੀ ਖੰਘ ਦਾ ਇਲਾਜ ਹੈਗਾ ਸੀ। ਬਿਸਮਿਲ੍ਲਾ, ਲੱਗਦਾ ਤਾਂ ਮੈਨੂੰ ਚੋਕਲੇਟ ਹੋਵੇ ਨਾਲ ਦੁੱਧ ਦਾ, ਮਾਸ਼ਾਅੱਲਾ ਇਹ ਤਾਂ ਖੁਦਾ ਦਾ ਨੂਰ ਹੈਗਾ, ਦੁੱਧ ਤਾਂ ਸੁਭਾਨ ਅੱਲਾ, ਜਿਸੇ ਕੋਈ ਵੀ ਅੱਲਾ ਦਾ ਨੂਰ ਹੈ, ਬੜਾ ਅੱਛੀ ਚੀਜ਼ ਹੈਗੀ ਹੈ। ਪਹਿਲੇ ਚੋਕਲੇਟ ਕੇਕ ਜਿਹੜੇ ਆ ਬੈਕਰੀਆਂ 'ਤੇ ਬਣਦੇ ਨੇ, ਉਸ ਤਰ੍ਹਾਂ ਦੇ ਬੱਚੇ ਸ਼ੌਕ ਨਾਲ ਜੇ ਕੋਈ ਕਿਸੇ ਦੀ ਬਰਥਡੇ ਹੋਵੇ ਤਾਂ ਉਹ ਲੈ ਆਈਦਾ, ਜਾਂ ਚੋਕਲੇਟ ਵੈਸੇ ਬੱਚੇ ਸ਼ੌਕ ਨਾਲ ਖਾਂਦੇ ਨੇ। ਲੇਕਿਨ ਇਹ ਬਹੁਤ ਹੀ ਟੇਸਟੀ, ਬਹੁਤ ਮਜ਼ਾ ਆ ਰਿਹਾ, ਬਹੁਤ ਅੱਛੀ ਲੱਗੀ।
ਇਹਨਾਂ ਡਬਲ ਰੋਟੀ ਦਾ ਖਮੀਰ ਜਿਹੜਾ ਹੁੰਦਾ ਨਾ ਉਹਦੇ ਵਿੱਚ ਚੋਕਲੇਟ ਪਾ ਕੇ ਉਹਨੂੰ ਫੈਂਟ ਕੇ ਬਣਾ ਕੇ ਸਪੰਚ ਉਹਦੇ ਉੱਤੇ ਇਹਨਾਂ ਨੇ ਕੌਫੀ ਅਤੇ ਚੋਕਲੇਟ ਦੇ ਟੁਕੜੇ ਕਰ ਕਰਕੇ ਉਹ ਸੁੱਤੇ ਹੋਏ ਜੀ। ਅੱਜ ਬੜੀ ਮਜ਼ੇਦਾਰ ਬਣੀ ਬਰੋਨੀ ਹੈ, ਕਿਆ ਬਾਤ ਹੈ। ਫਿਰ ਇਹਨੂੰ ਇੰਝ ਕਰੀਏ, ਇਹ ਦੇਖੋ ਜੇ ਕਦੀ ਖਾਣੀ ਹੋਵੇ ਨਾ ਤੁਸੀਂ ਬਰੋਨੀ ਤਾਂ ਇੰਝ ਹੀ ਖਾਣਾ। ਇਹ ਕੱਟੀ, ਇਹ ਜੇ ਗਰਮ ਦੁੱਧ ਹੋਏ ਨਾ ਤਾਂ ਫਿਰ ਤਾਂ ਕਿਆ ਬਾਤ ਹੈ। ਇਹਨੂੰ ਡੰਕ ਕੀਤਾ ਅਤੇ ਫਿਰ ਇਹਨੂੰ ਮਿੱਠਾ ਘੱਟ ਹੈਗਾ ਜੀ ਵਿੱਚ। ਨਹੀਂ ਨਰਮ ਹੈਗਾ, ਇੱਡਾ ਸਖਤ ਵੀ ਨਹੀਂ ਗੀ, ਠੀਕ ਹੈਗਾ, ਨਾਰਮਲ ਹੈਗਾ, ਇੰਨਾ ਸਖਤ ਨਹੀਂ, ਨਰਮ ਨਹੀਂ ਹੈਗਾ ਅਤੇ ਨਾ ਹੀ ਨਾ ਸਖਤ ਹੈਗਾ, ਠੀਕ ਹੈਗਾ। ਜਦੋਂ ਇਹ ਕ੍ਰਿਸਮਿਸ ਹੁੰਦੀ ਹੈ ਨਾ ਸਾਡੀ 5 ਦਸੰਬਰ ਦੀ, ਅਸੀਂ ਇਹ ਜਿਹੜੀਆਂ ਚੀਜ਼ਾਂ ਜ਼ਿਆਦਾ ਉਦੋਂ ਇਸਤੇਮਾਲ ਕਰਦੇ ਹਾਂ ਕਿਉਂਕਿ ਉਹ ਕੇਕ 'ਚ ਜ਼ਿਆਦਾ ਆਉਂਦੀ ਚੋਕਲੇਟ ਕੇਕ। ਅੱਛਾ, ਦੁੱਧ ਦੇ ਨਾਲ ਇਹਦਾ ਜ਼ੈਕ ਹੀ ਹੋਰ। ਅੱਜ ਦੇ ਥੋੜ੍ਹੀ ਜਿਹੀ ਨੇ ਦੇਤੀ, ਉਹਨਾਂ ਜ਼ਿਆਦਾ ਸਾਰੀ ਹੋਣੀ ਚਾਹੀਦੀ ਸੀ ਯਾਰ। ਕੰਮ ਚਮਚ ਵਾਲਾ ਨਹੀਂ ਠੀਕ ਹੈਗਾ, ਕੰਮ ਮਜ਼ੇਦਾਰ ਹੈ ਤਾਂ ਤੁਸੀਂ ਚਮਚ ਫੜਾ ਤੇ ਹੈ, ਮੈਂ ਕਰ ਦਿੰਦਾ ਮਨ ਬਸ। ਵਾਹ ਜੀ ਵਾਹ, ਦੁੱਧ ਨਾਲ ਹੋਰ ਹੀ ਅੱਛਾ ਲੱਗ ਰਿਹਾ, ਮਜ਼ਾ ਆਇਆ, ਅੱਛਾ ਲੱਗਾ। ਮੇਰਾ ਕਹਿਣ ਦਾ ਮਤਲਬ ਹੈਗਾ ਕਿ ਇਹ ਜਿਹੜੀ ਚੀਜ਼ ਉਹਨਾਂ ਨੇ ਬਣਾਈ ਨਾ ਨਾਸ਼ਤਾ ਟਾਈਪ ਹੈਗਾ, ਹਲਕੀ ਫੁਲਕੀ ਗਿਜ਼ਾ ਖਾਣੀ, ਯਾਨੀ ਕਿ ਔਫਿਸ ਅਗਰ ਜਾਣਾ, ਦਫ਼ਤਰ ਜਾਣਾ ਉਹਨਾਂ ਨੇ ਅਤੇ ਟਾਈਮ ਨਹੀਂ ਹੈਗਾ, ਥੋੜ੍ਹਾ ਰਹਿ ਗਿਆ, ਜਾਂ ਸਕੂਲ ਬੱਚੇ ਨੇ ਜਾਣਾ ਹੈ ਅਤੇ ਟਾਈਮ ਨਹੀਂ ਹੈਗਾ, ਥੋੜ੍ਹਾ ਰਹਿ ਗਿਆ, ਉਹਨਾਂ ਨੇ ਫਰਿੱਜ 'ਚੋਂ ਜਾਂ ਚੀਜ਼ ਕੱਢਣੀ ਹੈ, ਫਟਾਫਟ ਇੱਕ ਦੁੱਧ ਦਾ ਗਲਾਸ ਪੀਣਾ, ਯਾਨੀ ਕਿ ਡਾਇਟ ਵੀ ਉਹਨਾਂ ਦੀ ਪੂਰੀ ਰਹਿਣੀ ਹੈ, ਫਿਟਨੈਸ ਵੀ ਪੂਰੀ ਰਹਿਣੀ ਹੈ ਅਤੇ ਉਹਨਾਂ ਦਾ ਖਾਣਾ ਵੀ ਹੋ ਜਾਣਾ। ਕਿਆ ਬਾਤ ਹੈ, ਜਦ ਦਿਲ ਕਰਦਾ ਨਾ ਜਿਹਨੇ ਬਣਾਈ ਉਹਦੇ ਹੱਥ 'ਚ ਚੁੰਮਲੀ, ਬੜੀ ਮਜ਼ੇਦਾਰ ਬਣਾਈ। ਅਗਲੀ ਜਾ ਰਹੀ ਆਪੀ, ਕਿਆ ਬਾਤ, ਅੱਜ ਵਾਕਈ ਬੜਾ ਮਜ਼ਾ ਆ ਰਿਹਾ। ਇਹ ਤਾਂ ਮੁੱਕ ਗਈ ਬਾਸ਼, ਹੁਣ ਕੋਈ ਇੱਕੋ ਹੀ ਪੀਸ ਮਿਲਣਾ, ਇੱਕ ਹੋਰ ਦੇ ਦਿਓ। ਕਿਆ ਬਾਤ ਹੈ, ਇਹ ਦੇਖੋ ਜੀ, ਇਹਨੂੰ ਜ਼ਰਾ ਥੋੜ੍ਹਾ ਦੁੱਧ ਪੀ ਲਵੇ। ਇਹਦਾ ਮਜ਼ਾ ਹੀ ਵੈਸੇ ਦੁੱਧ ਨਾਲ ਹੀ ਆਉਂਦਾ ਜੀ। ਫਿਰ ਨਾਸ਼ਤਾ ਸਾਡੇ, ਅਸੀਂ ਤਾਂ ਦੋ ਤਿੰਨ ਪਰੌਂਠੇ ਸੁੱਟਣੇ ਹੁੰਦੇ, ਨਾਲ ਕੋਈ ਆਂਡਾ ਫਰਾਈ ਵਗੈਰਾ ਸੁੱਟਣਾ ਹੁੰਦਾ, ਨਾਲ ਕੋਈ ਦਹੀਂ ਦਾ ਪਿਆਲਾ ਸੁੱਟਣਾ ਹੁੰਦਾ, ਫਿਰ ਜਾ ਕੇ ਸਾਡਾ ਮਟੀਰੀਅਲ ਪੂਰਾ ਹੁੰਦਾ। ਲਓ ਜੀ, ਵੀ ਅੱਜ ਇਹਨਾਂ ਨੇ ਮਜ਼ਾ ਆ ਗਿਆ ਚੀਜ਼ ਖਾਣ ਦਾ, ਮੈਂ ਦੂਸਰਾ ਪੀਸ ਮੰਗਿਆ ਤਾਂ ਵੀ ਮਿਲ ਗਿਆ। ਅੱਜ ਪਤਾ ਨਹੀਂ ਲਿਆਂਦੇ ਇਹਨਾਂ ਨੇ ਕਿੱਥੋਂ, ਤਾਜ਼ੀ ਸਪੈਸ਼ਲ ਬਣਵਾ ਕੇ ਲਿਆਂਦੇ ਮੇਰੇ ਵਾਸਤੇ ਲੱਗਦਾ ਨਾ। ਇਹ ਉਹਨਾਂ ਲੋਕਾਂ ਵਾਸਤੇ ਬਣਾਈ ਗਈ ਜਿਨ੍ਹਾਂ ਦੇ ਦੰਦ ਨਹੀਂ ਹੈਗੇ, ਔਰ ਆਰਾਮ ਨਾਲ ਖਾ ਸਕਦੇ ਨੇ, ਯਾਨੀ ਕਿ ਇਹਨੂੰ ਨਿਕਲ ਵੀ ਸਕਦੇ ਨੇ, ਇਹਨੂੰ ਚਬਾ ਵੀ ਸਕਦੇ ਨੇ, ਇਹਨੂੰ ਚਬਾਉਣਾ ਤਾਂ ਘੱਟ ਅਤੇ ਨਿਕਲ ਜ਼ਿਆਦਾ ਸਕਦੇ ਨੇ। ਬੜੀ ਮਿਹਰਬਾਨੀ ਤੁਹਾਡੀ ਜਨਾਬ, ਬਹੁਤ ਸ਼ੁਕਰੀਆ। ਵਾਹ, ਇਹ ਤਾਂ ਬੰਦਾ ਠੰਡੀ ਮੌਸਮ ਹੋਵੇ, ਠੰਡਾ
ਬਰਫਾਂ ਨਾਲ ਗਰਾਊਂਡ 'ਚ ਬੈਠਾ ਹੋਵੇ ਕੁਰਸੀਆਂ 'ਤੇ, ਨਾਲ ਦੁੱਧ ਹੋਵੇ ਨਾਲ ਬਰੌਨੀ ਹੋਵੇ, ਕੀ ਨਜ਼ਾਰੇ ਹੋਣੇ, ਠੰਡੀਆਂ ਠੰਡੀਆਂ ਹਵਾਵਾਂ ਹੋਣ। ਰਾਤ ਨੂੰ ਕਿਉਂ ਨਹੀਂ ਖਾਣੀ ਚਾਹੀਦੀ? ਦੇਖੋ ਜੀ, ਇਹ ਨਾ ਇਹਦੇ ਨਾਲ ਖੰਘ ਨਹੀਂ ਆਉਂਦੀ, ਗਲਾ ਸਾਫ਼ ਹੋ ਜਾਏਗਾ, ਤੁਹਾਡੀ ਆਵਾਜ਼ ਕਲੀਅਰ ਹੋ ਜਾਏਗੀ। ਇਹ ਦੇਖਿਆ ਨਹੀਂ ਤੁਸੀਂ ਕਿੰਨਾ ਫਰਕ ਪੈ ਗਿਆ ਮੇਰੀ ਆਵਾਜ਼ 'ਚ? ਅਤੇ ਉਹ ਰਾਤ ਨੂੰ ਤੁਹਾਨੂੰ ਖੰਘ ਜੋ ਆਉਂਦੀ ਹੋਵੇ ਤਾਂ ਘਰਦਿਆਂ ਨੂੰ ਪਤਾ ਹੋਵੇ ਤੁਸੀਂ ਸੁੱਤੇ ਹੋ, ਤੁਸੀਂ ਇਹ ਖਾ ਕੇ ਉੱਥੋਂ ਦੁੱਧ ਪੀ ਕੇ ਸੋ ਜਾਓ, ਤੁਹਾਨੂੰ ਸਾਰੀ ਰਾਤ ਖੰਘ ਨਾ ਆਵੇ ਤਾਂ ਘਰ ਦੇ ਸਮਝੇ ਨੂੰ ਹੰਝੀਰੇ ਲੁੜਕ ਗਿਆ। ਅਤੇ ਉਹ ਫਿਰ ਗੱਲ ਚੰਗੀ ਨਹੀਂ, ਅਗਲੇ ਆ ਕੇ ਉਠਾ ਕੇ ਚੈੱਕ ਕਰਨ ਕਿ ਜਿਉਂਦਾ ਕਿ ਮਰ ਗਿਆ।